ਲੁਧਿਆਣਾ ਦੇ ਵਿੱਚ ਇੱਕ 25 ਲੱਖ ਰੁਪਏ ਦੀ ਵੱਡੀ ਲੁੱਟ ਹੋ ਗਈ ਹੈ। ਲੁੱਟ ਇਸ ਤਰੀਕੇ ਹੋਈ ਹੈ ਕਿ SBI ਬੈਂਕ ਦੇ ਵਿੱਚ ਪੈਟਰੋਲ ਪੰਪ ਦੇ ਕਰਮਚਾਰੀ 25 ਲੱਖ ਰੁਪਇਆ ਜਮ੍ਹਾਂ ਕਰਾਉਣ ਲਈ ਜਾ ਰਹੇ ਸੀ ਤੇ ਬਾਈਕ ਸਵਾਰ ਜਿਹੜੇ ਰੁਪਈਆ ਵਾਲਾ ਬੈਗ ਸੀ ਉਹ ਲੈ ਕੇ ਉਹਨਾਂ ਤੋਂ ਫਰਾਰ ਹੋ ਗਏ ਨੇ। ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਪੰਜਾਬ ਦੇ ਵਿੱਚ ਲਗਾਤਾਰ ਲਾ ਆਰਡਰ ਦੀ ਸਥਿਤੀ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਹਾਲੇ ਗ੍ਰਹਿ ਵਿਭਾਗ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਹੈ, ਪਰ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ। ਜਿਵੇਂ ਫਿਰੋਜ਼ਪੁਰ ਬੀਤੇ ਕੱਲ੍ਹ ਗੋਲੀ ਚੱਲੀ ਤੇ ਲੁਧਿਆਣਾ ਦੇ ਵਿੱਚ 25 ਲੱਖ ਰੁਪਏ ਦੀ ਲੁੱਟ ਹੋਈ ਹੈ। ਪੰਜਾਬ ਦੇ ਵਿੱਚ ਜੇਕਰ ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਹਾਂ ਤਾਂ ਕਿਹੜੇ ਕਰਾਹੇ ਪੈ ਰਹੀ ਹੈ। ਇਸੇ ਕਰਕੇ ਪੰਜਾਬ ਪੁਲਿਸ ਵੀ ਨਾਕਾਮ ਸਾਬਤ ਹੋ ਰਹੀ ਹੈ। ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਤੇ ਨਸ਼ੇ ਦੇ ਸਦਾਗਰਾਂ ਦਾ ਜਿਹੜਾ ਬੋਲਬਾਲਾ ਹੈ ਪੰਜਾਬ ਦੇ ਵਿੱਚ ਵੱਧ ਰਿਹਾ ਤੇ ਲੁਧਿਆਣੇ ਦੀ ਇਸ ਵੱਡੀ ਘਟਨਾ ਨੇ ਲੁਧਿਆਣਾ ਦੇ ਵਪਾਰੀ ਵਰਗ ਚ ਵੱਡੀ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਇਸ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਖਮੋਸ਼ੀ ਪਾਈ ਜਾ ਰਹੀ ਹੈ। ਕੀ ਆ ਪੂਰਾ ਮਾਮਲਾ ਤੇ ਦੇਖਿਓ ਪੂਰੀ ਵੀਡੀਓ। ਇਹ ਨਾ ਅੱਜ ਕੋਈ 3:15 ਵਜੇ ਦੇ ਲਾਗੇ ਦੀ ਗੱਲ ਹੈਗੀ ਹੈ। ਸਾਡੇ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਊਰਜਾ ਫਿਲਿੰਗ ਸਟੇਸ਼ਨ ਹੈ, ਉਹਦਾ ਜਿਹੜੇ ਦੋ ਇੱਕ ਮੈਨੇਜਰ ਇੱਕ ਉਹਨਾਂ ਦਾ ਹੈਲਪਰ ਹੈ, ਉਹ ਕੈਸ਼ ਜਮ੍ਹਾਂ ਕਰਾਉਣ ਲਈ ਆਏ ਆ। ਤਾਂ ਉਹਨਾਂ ਨੂੰ ਫੋਲੋ ਕਰਦਿਆਂ ਦੋ ਲੜਕੇ ਪਿੱਛੋਂ ਆ ਰਹੇ ਸੀ, ਉਹਨਾਂ ਨੇ ਉਹਨਾਂ ਦੇ ਕੋਲੋਂ ਕੈਸ਼ ਉਹਨਾਂ ਦਾ ਸਨੈਚ ਕਰ ਲਿਆ। ਸਰ ਕਿੰਨਾ ਕੁ ਕੈਸ਼ ਸੀ? ਅਪਰੋਕਸੀਮੇਟ 25 ਲੱਖ ਰੁਪਈਆ ਦੱਸ ਰਹੇ ਆ। ਤੋ ਦੋ ਯੰਗ ਲੜਕੇ ਆ, ਸਾਡੇ ਕੋਲ ਕਾਫੀ ਲੀਡਸ ਆ ਰਹੀਆਂ। ਤੋ ਵਿਦ ਇਨ ਜਿੱਦਾਂ ਸਾਡਾ ਰਵਾਇਤ ਹੈ ਲੁਧਿਆਣਾ ਪੁਲਿਸ ਦੀ, ਵਿਦ ਇਨ ਆਰਜ਼ ਅਸੀਂ ਇਹਨੂੰ ਫੜ ਕੇ ਤੁਹਾਡੇ ਅੱਗੇ ਲਿਆਵਾਂਗੇ। ਬਾਈਕ 'ਤੇ ਸੀਗੇ ਜਾਂ ਕਿਵੇਂ ਸੀਗੇ ਜੀ, ਕਿਸੇ ਗੱਡੀ ਸੀ? ਹਾਂ, ਇਹ ਅਸੀਂ ਸਾਡੇ ਕੋਲ ਕਾਫੀ ਲੀਡਸ ਆ ਗਈਆਂ। ਬਾਈਕ ਦੇ ਉੱਤੇ ਦੋ ਲੜਕੇ ਸੀਗੇ ਔਰ ਉਹਨਾਂ ਨੇ ਆਪਣੇ ਆਪ ਨੂੰ ਕੈਮੋਫਲਾਈ ਕੀਤਾ ਹੋਇਆ ਸੀ, ਮੂੰਹ ਮਾਂ ਲਗਾਏ ਹੋਏ ਸੀ। ਤੋ ਉਹ ਇਹਦੇ ਇਹਨੂੰ ਜਿੱਦਾਂ ਹੀ ਇਹ ਉਤਰਿਆ ਲੜਕਾ, ਉਹਦੇ ਕੋਲੋਂ ਲਿਫਾਫਾ ਬੈਗ ਉਹਦਾ ਸਨੈਚ ਕਰਕੇ ਭੱਜ ਗਿਆ। ਕੋਈ ਇੱਦਾਂ ਤਾਂ ਨਹੀਂ ਗਨ ਪੁਆਇੰਟ 'ਤੇ ਖੋਇਆ ਗਿਆ? ਨਹੀਂ ਨਹੀਂ ਨਹੀਂ, ਗਨ ਪੁਆਇੰਟ ਵਾਲੀ ਕੋਈ ਗੱਲ ਨਹੀਂ ਹੈਗੀ ਜੀ। ਔਰ ਸਨੈਚਿੰਗ ਕਰਕੇ ਲੈ ਗਏ ਆ। ਸਾਡੇ ਕੋਲ ਕਾਫੀ ਲੀਡ ਨੇੜੇ ਪਹੁੰਚਣ ਦੀਆਂ ਆ ਗਈਆਂ, ਅਸੀਂ ਜਲਦੀ ਇਹਨੂੰ ਅਰੈਸਟ ਕਰਕੇ ਦਊਂਗੇ। ਅਤੇ ਸਰ ਰੂਟੀਨ ਨਾਲ ਇੱਥੇ ਆਉਂਦੇ ਸੀਗੇ ਜਮ੍ਹਾਂ ਕਰਾਉਣ, ਕਿਹੜੀ ਜਗ੍ਹਾ 'ਤੇ ਆਉਂਦੇ ਸੀ? ਇਹ ਚੰਡੀਗੜ੍ਹ ਰੋਡ ਤੋਂ ਊਰਜਾ ਫਿਲਿੰਗ ਸਟੇਸ਼ਨ ਵਾਲਾ ਹੈ, ਉਹਨਾਂ ਦਾ ਮੈਨੇਜਰ ਪ੍ਰਦੀਪ ਹੈ। ਰੋਜ਼ ਰੂਟੀਨ ਹੀ ਹੈ ਜਦੋਂ ਕੈਸ਼ ਜਮ੍ਹਾਂ ਹੋਣ ਆਉਂਦਾ। ਸਰ ਕਿਹੜੀ ਜਗ੍ਹਾ 'ਤੇ ਹੋਈ ਹੈ ਲੁੱਟ? ਇਹ ਢੋਲੇਵਾਲ ਦੇ ਕੋਲ ਆ, ਤੁਹਾਡੇ ਨੇੜੇ ਜਿੱਥੇ ਬੈਂਕ ਦੇ ਵਿੱਚ ਆਉਂਦੇ ਆ, ਗੁਲਜ਼ਾਰ ਮੋਟਰ ਦੇ ਕੋਲ ਡਿਪੋਜ਼ਿਟ ਕਰਾਉਂਦਾ। ਕੈਸ਼ ਲੈ ਕੇ ਆ ਕਿਹਦੇ 'ਤੇ ਲਏ ਸੀ, ਗੱਡੀ 'ਤੇ ਜਾਂ ਬਾਈਕ 'ਤੇ ਜਾਂ? ਨਹੀਂ, ਉਹ ਸਵਿਫਟ ਗੱਡੀ ਦੇ ਉੱਤੇ, ਉਹ ਮੈਨੇਜਰ ਡਰਾਈਵ ਕਰ ਰਿਹਾ ਸੀ, ਜਿਹੜਾ ਉਹਦਾ ਹੈਲਪਰ ਹੈ ਉਹ ਨਾਲ ਉਹਦੇ ਬੈਠਾ ਸੀਗਾ ਸਵਿਫਟ ਗੱਡੀ 'ਤੇ, ਉਹਨੂੰ ਫੋਲੋ ਕੀਤਾ ਉਹਨੇ। ਠੀਕ ਹੈ।